ਮਹੱਲਾ ਇਕਬਾਲ ਨਗਰ ਦੀ ਪੁਲੀ 'ਤੇ ਖੜ੍ਹੇ ਸੀਗੇ ਅੱਧੀ ਰਾਤ ਨੂੰ, ਦੇਖ ਸਕਦੇ ਹੋ ਦਰਿਆ ਦੇ ਕੰਢੇ 'ਤੇ, ਆ ਸ਼ੇਰੇ ਵੀਰ ਹੋਣਾ ਨੂੰ ਆਵਾਜ਼ਾਂ ਸੁਣੀਆਂ। ਸਾਹਮਣੇ ਘਰ ਆ ਡੈਰੀ ਵਾਲਿਆਂ ਦੀ, ਇੱਕ ਕਰਤੂਤ ਤੁਹਾਨੂੰ ਦਿਖਾ ਦਿੰਦੇ ਹਾਂ। ਆਹ ਦੇਖ ਸਕਦੇ ਹੋ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਕਿ ਆਵਾਰਾ ਕੁੱਤੇ ਨੋਚ ਨੋਚ ਕੇ ਖਾ ਰਹੇ ਸੀਗੇ। ਸਮਝ ਦੀ ਗੱਲ ਕਰ ਦਵਾਂ, ਫੈਂਸਿੰਗ ਆ ਬੁੱਢੇ ਦਰਿਆ ਦੇ ਨਾਲ ਦੇ ਕੰਢੇ, ਦੇਖਦੇ ਹੋ ਦਰਿਆ ਦੀ ਫੈਂਸਿੰਗ ਆ। ਫੈਂਸਿੰਗ ਦੇ ਬਾਹਰ ਜਿੱਦਾਂ ਡੈਰੀ ਵਾਲੇ ਆਪਣੇ ਪਸ਼ੂ ਬੰਨ੍ਹਦੇ ਆ, ਆ ਕੁੱਤਿਆਂ ਨੇ ਇੱਥੇ ਪਸ਼ੂ ਜਿਹੜਾ ਬੱਚਾ ਬੰਨਿਆ ਸੀਗਾ ਕੁੱਤਿਆਂ ਵੱਲੋਂ, ਆਵਾਰਾ ਕੁੱਤਿਆਂ ਵੱਲੋਂ ਉਹਨੂੰ ਪਾੜ ਪਾੜ ਕੇ ਕੁੱਤੇ ਖਾ ਰਹੇ ਸੀ ਜਦੋਂ ਵੀਰ ਮੌਕੇ 'ਤੇ ਪਹੁੰਚਿਆ। ਇਹਨਾਂ ਦਾ ਲਾਈਵ ਦੇਖ ਕੇ ਮੈਂ ਪਹੁੰਚਿਆ ਰਾਤ ਨੂੰ, ਤਕਰੀਬਨ ਇਸ ਟਾਈਮ 1 ਵਜੇ ਦਾ ਸਮਾਂ ਹੋ ਚੱਲਿਆ ਕਰੀਬ। ਦੇਖ ਸਕਦੇ ਹੋ ਕਿੱਡੇ ਬੁਰੇ ਹਾਲਾਤ ਨੇ ਉਸ ਜਾਨਵਰ ਦੇ, ਉਸ ਪਸ਼ੂ ਦੇ। ਡੈਰੀ ਵਾਲੇ ਕਿੱਡੇ ਨਰਦਈ ਨੇ, ਬਾਕੀ ਡੰਗਰ ਸਾਰੇ ਅੰਦਰ ਬੰਨੇ। ਇਸ ਵਿੱਚ ਐਨੀਮਲ ਸੰਸਥਾ ਵਾਲਿਆਂ ਨੇ ਵੀ ਫੋਨ ਲਗਾਇਆ ਸੀਗਾ, ਐਮਰਜੈਂਸੀ ਕਾਲ ਲਗਾਈ ਸੀ ਗਰੁੱਪ 'ਚ। ਵੀਡੀਓ ਮੈਸੇਜ ਤਾਂ ਬਣਾ ਰਿਹਾ, ਐਵੀਡੈਂਸ ਤਾਂ ਕਲੈਕਟ ਕਰ ਰਿਹਾ, ਕਿਉਂਕਿ ਕੱਲ੍ਹ ਨੂੰ ਅੱਜ ਕੱਲ੍ਹ ਏਰੀਏ ਦੇ ਹਾਲਾਤ ਬਹੁਤ ਖਰਾਬ ਨੇ, ਚੋਰ ਡਕੈਤ ਬਹੁਤ ਫਿਰਦੇ ਨੇ, ਇੰਸੀਡੈਂਟ ਵਾਰਦਾਤਾਂ ਬਹੁਤ ਹੋ ਰਹੀਆਂ ਨੇ। ਕਿਤੇ ਨਾ ਕਿਤੇ ਕੱਲ੍ਹ ਨੂੰ ਕੋਈ ਇਹੋ ਜਿਹੀ ਗੱਲ ਨਾ ਨਿਕਲ ਕੇ ਸਾਹਮਣੇ ਆ ਜਾਵੇ ਕਿ ਪਸ਼ੂ ਖੋਲ੍ਹ ਕੇ ਕੋਈ ਲੈ ਗਿਆ, ਪਰ ਇਨਸਾਨੀਅਤ ਦੇ ਨਾਤੇ ਦੇਖ ਸਕਦੇ ਹੋ ਕਿੱਦਾਂ ਫੈਂਸਿੰਗ ਦੇ ਨਾਲ ਉਹਦੇ ਗਲ 'ਚੋਂ ਰੱਸਿਆ ਕੱਢਿਆ ਜਾ ਰਿਹਾ। ਸ਼ੇਰ ਸਿੰਘ ਸ਼ੀਨਾ ਵੀਰ ਸਾਡਾ ਅੱਧੀ ਰਾਤ ਨੂੰ ਮਿਹਨਤ ਕਰ ਰਿਹਾ, ਪਰ ਇਹ ਆਹ ਡੈਰੀ ਆ, ਤੁਹਾਨੂੰ ਮੈਂ ਦਿਖਾ ਦਵਾਂ ਤਸਵੀਰਾਂ ਦੇ ਵਿੱਚ। ਇਸ ਡੈਰੀ ਦੇ ਵਿੱਚ ਜਦੋਂ ਗੇਟ ਖੜਕਾਏ ਗਏ ਨੇ, ਇਹਨਾਂ ਦੇ ਲਾਈਵ 'ਚ ਵੀ ਗੇਟ ਖੜਕਾਏ ਨੇ, ਹੁਣ ਵੀ ਗੇਟ ਖੜਕਾਏ ਨੇ, ਪਰ ਡੈਰੀ ਵਾਲਿਆਂ ਵੱਲੋਂ ਕੋਈ ਰਿਸਪੋਂਸ ਨਹੀਂ ਦਿੱਤਾ ਗਿਆ, ਨਾ ਇਹਨਾਂ ਨੇ ਗੇਟ ਖੋਲ੍ਹਿਆ। ਇੱਕ ਵਾਰ ਚੱਲਦੀ ਵੀਡੀਓ 'ਚ ਵੀ ਤੁਹਾਨੂੰ ਦਿਖਾ ਦਵਾਂ ਮੈਂ, ਇਹਨਾਂ ਦੀ ਡੈਰੀ ਦੇ ਬਾਹਰ ਪਸ਼ੂ ਬੰਨਿਆ ਵਾ, ਡੈਰੀ ਖੜਕਾ ਕੇ ਇਹਨਾਂ ਨੂੰ ਉਠਾ ਕੇ ਪਸ਼ੂ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਦਿਨ ਚੜ੍ਹਦੇ ਆ ਡੈਰੀ ਵਾਲਿਆਂ ਦੇ ਉੱਤੇ, ਕਿਸੇ ਨਾ ਕਿਸੇ ਤਰੀਕੇ ਦਾ ਐਕਸ਼ਨ ਜਾਂ ਕਾਰਵਾਈ ਜ਼ਰੂਰ ਕਰਾਉਣੀ ਆ। ਐਨੀਮਲ ਸੰਸਥਾ ਵਾਲੇ ਮੇਰੇ ਵੀਰ, ਉਹ ਪ੍ਰਸ਼ਾਸਨ ਜਿਹੜੇ ਪਸ਼ੂਆਂ ਨੂੰ ਪ੍ਰੇਮ ਕਰਦੇ ਨੇ, ਕਿਤੇ ਨਾ ਕਿਤੇ ਉਹ ਸੰਸਥਾਵਾਂ ਤੱਕ ਮੈਸੇਜ। ਹਾਂਜੀ ਸ਼ੇਰਾ ਜੀ ਕੀ ਕਹਿਣਾ ਚਾਹੁੰਦੇ ਹੋ? ਉਹ ਦੇਖੋ ਬਿਲਕੁਲ ਸਾਹਮਣੇ ਪਿਆ ਵਾ ਬੰਦਾ। ਹਾਂ ਆਵਾਜ਼ ਮਾਰਿਓ ਮਾੜੀ ਜੀ, ਦੇਖੀਏ ਇੱਕ ਵਾਰ ਕੀ ਕਹਿੰਦੇ ਨੇ। ਹੈਲੋ, ਇਹ ਡੈਰੀ ਕਿਸੇ ਦੀ ਪਰਸਨਲ ਪ੍ਰੋਪਰਟੀ ਹੈ, ਪਰ ਇਹਨਾਂ ਨੇ ਪਸ਼ੂ ਨੂੰ, ਇੱਕ ਵੱਛੇ ਨੂੰ ਬਾਹਰ ਬੰਨਿਆ ਸੀ। ਸ਼ੇਰਾ ਜੀ ਕਿੰਨੇ ਵਜੇ ਪਤਾ ਲੱਗਦਾ ਤੁਹਾਨੂੰ? ਅੱਧਾ ਘੰਟਾ ਪਹਿਲਾਂ ਦੀ ਗੱਲ ਹੈ ਜੀ। ਅੱਛਾ, ਆਵਾਜ਼ਾਂ ਸੁਣੀਆਂ ਨੇ? ਆਵਾਜ਼ਾਂ ਬਹੁਤ ਜ਼ਿਆਦਾ, ਬੱਚਾ ਰੋਂਦਾ ਹੁੰਦਾ ਨਾ ਜੀ, ਇਦਾਂ ਆਵਾਜ਼ਾਂ ਆਈਆਂ। ਜਦੋਂ ਮੌਕੇ ਤੇ ਆਇਓ ਕੁੱਤੇ ਨੋਚ ਰਹੇ ਸੀ ਇਹਨੂੰ? ਤਿੰਨ ਕੁੱਤੇ ਸੀ, ਇੱਕ ਕੰਨ ਵੱਲੋਂ ਫੜ ਕੇ ਖਿੱਚ ਰਹੇ, ਇੱਕ ਪਿੱਛੇ ਖੜਾ ਇਦਾਂ ਖਿੱਚ ਕੇ ਰਹੇ ਸੀਗੇ ਉਹਨੂੰ। ਅਸੀਂ ਆ ਕੇ ਭਜਾਇਆ, ਇੱਥੇ ਆ ਕੇ ਫਿਰ ਖੜ ਗਏ, ਅੱਗੇ ਨਹੀਂ ਗਏ ਕੁੱਤੇ, ਹਜੇ ਵੀ ਭੌਂਕ ਰਹੇ। ਮੈਨੂੰ ਲੱਗਦਾ ਨੇੜੇ ਤੇੜੇ ਘੁੰਮ ਰਿਹਾ ਕਿਤੇ, ਸਾਡੇ ਵੱਲ ਭੱਜ ਕੇ ਆਏ ਉਹ, ਤੇ ਅਸੀਂ ਲੈ ਕੇ ਆਏ ਸੀ, ਪਹਿਲਾਂ ਹੀ ਸੋਟੀਆਂ ਲੈ ਕੇ ਆਏ ਸੀਗੇ ਉਹਨਾਂ ਨੂੰ ਭਜਾ ਕੇ ਅੱਗੇ ਤੱਕ ਛੱਡ ਕੇ ਆਏ। ਅੱਗੇ ਵੀ ਬੈਠੇ ਹੋਏ ਆ ਹਲੇ ਵੀ ਉੱਥੇ ਹੀ। ਬਿਲਕੁਲ ਬਿਲਕੁਲ, ਜਦੋਂ ਥੋੜ੍ਹਾ ਪਿੱਛੇ ਜਾਂਦੇ ਹੋ ਫਿਰ ਆਉਂਦੇ ਆ। ਇਨਸਾਨੀਅਤ ਦੀ ਵਧੀਆ ਮਿਸਾਲ ਪੇਸ਼ ਕਰ ਰਹੇ ਹੋ, ਕਿਉਂਕਿ ਅਗਰ ਤੁਸੀਂ ਆ ਗਏ ਹੋ ਜਿੱਦਾਂ ਆਪਣੇ ਇਨਸਾਨਾਂ ਦੇ ਬੱਚੇ ਹੁੰਦੇ ਨੇ, ਉੱਦਾਂ ਹੀ ਇਹ ਜਾਨਵਰ ਦੇ ਬੱਚੇ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਡੈਰੀ ਵਾਲੇ ਨੂੰ ਕੀ ਕਹਿੰਦੇ ਨੇ ਜਿਹੜੇ ਨੇ ਨਿਰਦਈ ਬਣੇ ਨੇ, ਪਾਪੀ ਬਣੇ ਹੋਏ ਨੇ? ਲੱਖ ਦੀਆਂ ਲਾਹਨਤਾਂ ਹੀ ਕਹਾਂਗੇ ਇਹਨਾਂ ਨੂੰ ਵੀ। ਚਲੋ, ਇੱਕ ਬੱਚਾ ਵਾ, ਇਹ ਜਾਨਵਰ ਦਾ ਬੱਚਾ ਹੋਇਆ ਜਾਂ ਆਪਣਾ ਇਨਸਾਨ ਦਾ ਬੱਚਾ ਹੋਇਆ, ਬੱਚਾ ਤਾਂ ਬੱਚਾ ਹੀ ਹੁੰਦਾ ਵਾ, ਅਤੇ ਉਹਨਾਂ ਨੂੰ ਦੇਖਣਾ ਚਾਹੀਦਾ। ਇੱਕ ਤਾਂ ਇੱਕ ਇੰਨੀ ਜ਼ਿਆਦਾ ਠੰਡ, ਅੱਜ ਮੌਸਮ ਵੀ ਠੰਡਾ ਵਾ, ਬਹੁਤ ਠੰਡਾ ਮੌਸਮ, ਦਰਿਆ ਦੇ ਉੱਤੇ ਬਿਲਕੁਲ ਜਾਣੀ ਕਿ ਠੰਡਾ ਮੌਸਮ ਆ, ਅਤੇ ਇੱਕ ਉਹਨੂੰ ਠੰਡ 'ਚ ਛੱਡਤਾ ਅਤੇ ਉੱਤੋਂ ਕੁੱਤੇ ਪਾੜ ਰਹੇ ਆ। ਬਿਲਕੁਲ ਬਿਲਕੁਲ, ਮੈਂ ਕਹਿੰਦਾ ਕਿਸੇ ਇੱਕ ਪਾਸੇ ਤਾਂ ਆਪਾਂ ਗਊ ਮਾਤਾ ਕਹਿੰਦੇ ਹਾਂ, ਕਿੰਨਾ ਕੁਛ ਕਹਿੰਦੇ ਹਾਂ, ਅਤੇ ਉਹ ਸਾਹਮਣੇ ਬੈਠੇ ਆ। ਅੱਛਾ, ਤੁਸੀਂ ਗੇਟ ਖੜਕਾ ਰਹੇ ਹੋ, ਤੁਹਾਡੀ ਆਵਾਜ਼ ਸੁਣ ਰਹੇ ਆ, ਹੋਰ ਸਾਰਾ ਮਚਲੇ ਹੋ ਕੇ ਪਏ ਹੁਣ, ਗੇਟ ਨਹੀਂ ਖੋਲ ਰਹੇ? ਬਿਲਕੁਲ ਸਾਹਮਣੇ ਪਏ ਆ। ਅੱਛਾ, ਇਹ ਡੈਰੀ ਕਿਹੜੇ ਵੀਰ ਦੀ ਆ, ਤੁਹਾਨੂੰ ਪਤਾ ਕੁਛ? ਨਹੀਂ ਵੀਰ। ਅੱਛਾ ਚਲੋ, ਇੱਕ ਵਾਰੀ ਇੱਕ ਕਨਫਰਮ ਕਰ ਦਿਓ, ਆਪਾਂ ਕਿੱਥੇ ਖੜੇ ਹਾਂ ਔਰ ਸਮਾਂ ਕਿੰਨੇ ਵਜੇ ਦਾ ਵਾ? ਇਹ ਵੀਰ ਆਪਾਂ ਇਕਬਾਲ ਨਗਰ ਵਾਲੀ ਪੁਲੀ ਤੋਂ ਡੈਰੀ ਕੰਪਲੈਕਸ ਪੈਂਦਾ ਵਾ, ਉਹਦੇ ਉੱਤੇ ਖੜੇ ਹਾਂ, ਦਰਿਆ ਵਾਲੀ ਸਾਈਡ, ਬੁੱਢੇ ਦਰਿਆ ਦੇ ਉੱਤੇ, ਅਤੇ ਤਕਰੀਬਨ ਸਮਾਂ ਹੋ ਗਿਆ ਇੱਕ ਤੋਂ ਉੱਤੇ, ਇੱਕ ਚਾਲੀ, ਡੇਢ ਦਾ
ਇੱਕ 24 ਜਣੇ। ਅੱਛਾ ਹੁਣ ਤੁਸੀਂ ਇਸ ਪਸ਼ੂ ਨੂੰ ਖੋਲ੍ਹ ਕੇ ਕਿੱਥੇ ਲੈ ਕੇ ਚੱਲੇ ਹੋ, ਇਹ ਵੀ ਕਲੀਅਰ ਕਰ ਦਿਓ ਕਿ ਕੱਲ੍ਹ ਨੂੰ ਕੋਈ ਸਵੇਰੇ ਉੱਠ ਕੇ ਲੋਕ ਗੱਲਾਂ ਕਰਨਗੇ ਬਣਾਉਣਗੇ। ਨਹੀਂ ਆਪਾਂ ਹੁਣ ਕੋਸ਼ਿਸ਼ ਕਰਾਂਗੇ ਇੱਕ ਵਾਰ ਫਿਰ ਖੜਕਾਉਣ ਦੀ, ਜੇ ਖੜਕਾਉਣਗੇ ਠੀਕ ਆ, ਨਹੀਂ ਤਾਂ ਆਪਾਂ ਆਪਣੇ ਘਰ ਇਹਨੂੰ ਸਵੇਰ ਤੱਕ ਲਈ ਬੰਨ ਲਾਂਗੇ, ਕਿਉਂਕਿ ਸਾਹਮਣੇ ਆਪਣੇ ਰਿਹਾਇਸ਼ ਆ, ਬਿਲਕੁਲ ਅਪੋਜ਼ਿਟ ਤੁਹਾਡਾ ਘਰ ਲਾਂਗੇ, ਅਤੇ ਸਵੇਰ ਨੂੰ ਇਹਦਾ ਟ੍ਰੀਟਮੈਂਟ ਵੀ ਕਰਾਉਣਾ ਪੈਣਾ, ਔਰ ਡੈਰੀ ਵਾਲਿਆਂ ਨਾਲ ਬੰਦੇ ਨਾਲ ਗੱਲ ਵੀ ਕਰੋਗੇ ਬੈਠ ਕੇ, ਸਵੇਰੇ ਇਹਨਾਂ ਨਾਲ ਗੱਲ ਵੀ ਕਰਾਂਗੇ। ਠੀਕ ਹੈ ਜੀ, ਕਰ ਕਿਤੇ ਨਾ ਕਿਤੇ ਸ਼ੇਰਾ ਵੀਰ ਆਪਣਾ ਫਰਜ਼ ਨਿਭਾ ਰਿਹਾ, ਪਰ ਮੈਂ ਇੱਕ ਵਾਰੀ ਤਸਵੀਰਾਂ ਦੇ ਵਿੱਚ ਦਿਖਾ ਦੇਵਾਂ। ਆ ਉਹ ਡੈਰੀ ਦਿਖਾਈ ਦੇ ਰਹੀ ਆ ਤਾਜਪੁਰ ਰੋਡ ਦੇ ਉੱਤੇ, ਜਿਹੜੀ ਕਹਿ ਰਹੇ ਬੁੱਢੇ ਦਰਿਆ ਦੀ ਪੁਲੀ ਕ੍ਰੋਸ ਕਰਦੇ ਸਾਰ, ਔਰ ਅਵਾਰਾ ਦੀ ਗੱਲ ਕਰੀਏ ਤਾਂ ਅਵਾਰਾ ਕੁੱਤੇ ਜਿਹੜੇ ਕਿ ਉਹਨਾਂ ਦਾ ਤੁਹਾਨੂੰ ਅੱਜ ਆ ਹੁਣ ਵੀ ਸ਼ਾਇਦ ਵੀਡੀਓ 'ਚ ਸੁਣਦੀਆਂ ਹੋਣਗੀਆਂ, ਕੁੱਤਿਆਂ ਨੇ ਇੱਕ ਆ ਵਿਚਾਰਾ ਬੱਚਾ ਜਿਹੜਾ ਕਿ ਅੱਧੀ ਰਾਤ ਨੂੰ ਇੱਥੇ ਬਾਹਰ ਫੈਂਸਿੰਗ ਦੇ ਨਾਲ ਬੰਨਿਆ ਸੀਗਾ, ਔਰ ਬਲੱਡ ਜ਼ੋਰੋ ਜ਼ੋਰ ਸੀ। ਅਗਰ ਇਹ ਵੀਰ ਮੌਕੇ 'ਤੇ ਨਾ ਪਹੁੰਚਦੇ, ਕੁੱਤਿਆਂ ਨੂੰ ਨਾ ਭਜਾਉਂਦੇ, ਤਾਂ ਹੋ ਸਕਦਾ ਸੀ ਇਹਨੂੰ ਮਾਰ ਕੇ ਖਾ ਜਾਂਦੇ, ਔਰ ਪਾੜ ਕੇ ਇਹਨੂੰ ਖਾ ਲਿਆ ਗਿਆ। ਸਵੇਰੇ ਇਹਦਾ ਜਦੋਂ ਮੈਡੀਕਲ ਹੋਇਆ, ਇਹਦੇ ਕੁੱਤਿਆਂ ਦੇ ਦੰਦ ਲੱਗਣ ਦੀਆਂ, ਇਹਦੇ ਕੰਨਾਂ ਦੀਆਂ, ਇਹਦੇ ਪੱਟਾਂ ਦੀਆਂ, ਇਹਦੀਆਂ ਬੜਾ ਕੁਛ ਨਿਕਲ ਕੇ ਸਾਹਮਣੇ ਆਏਗਾ, ਪਰ ਇਸ਼ੂ ਬਣੇਗਾ। ਪਰ ਕਿਤੇ ਨਾ ਕਿਤੇ ਲਾਹਨਤ ਪਾਈ ਜਾਂਦੀ ਇਹੋ ਜਿਹੇ ਡੈਰੀ ਵਾਲਿਆਂ ਨੂੰ, ਜਿਨ੍ਹਾਂ ਦੀ ਕਿਉਂਕਿ ਅਵਾਰਾ ਪਸ਼ੂ ਗਾਵਾਂ ਸੜਕਾਂ 'ਤੇ ਘੁੰਮਦੀਆਂ ਨੇ, ਉਹ ਵੀ ਕਿਤੇ ਨਾ ਕਿਤੇ ਇਹਨਾਂ ਦੀ ਦੇਣ ਆ। ਐਕਸੀਡੈਂਟ ਹੁੰਦੇ ਆ, ਬੰਦੇ ਮਰਦੇ ਨੇ, ਔਰ ਇਸ ਜਾਨਵਰ ਦੇ ਨਾਲ ਕਿੰਨੀ ਕਰੂਰਤਾ ਦੇ ਨਾਲ ਇਹ ਪੇਸ਼ ਆ ਰਹੇ ਨੇ, ਇਹ ਤੁਹਾਨੂੰ ਤਸਵੀਰਾਂ 'ਚ ਦਿਖਾ ਦਿੱਤਾ। ਅੱਧੀ ਰਾਤ ਦਾ ਸਮਾਂ, ਹੁਣ ਇਹ ਵੀਰ ਹੁਣੀ ਆਪਣੇ ਘਰ ਲੈ ਕੇ ਚੱਲੇ ਆ, ਔਰ ਦੇਖਦੇ ਆ ਸਵੇਰੇ ਪੁਲਿਸ ਪ੍ਰਸ਼ਾਸਨ ਜਾਂ MLA ਜਾਂ ਵਿਧਾਇਕ ਆ ਜਿਹੜੇ ਵੀ ਇਸ ਵੀਡੀਓ ਚੈਨਲ ਦੇ ਮਾਧਿਅਮ ਰਾਹੀਂ ਚੱਲੇਗੀ, ਔਰ ਇਹਨਾਂ ਦੇ ਨਾਲ ਖਿਲਾਫ਼, ਇਹਨਾਂ ਡੈਰੀ ਵਾਲਿਆਂ ਦੇ ਖਿਲਾਫ਼ ਕੀ ਕਾਰਵਾਈ ਕਰਦੇ ਨੇ, ਉਹਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਔਰ ਇਹਨਾਂ ਦਾ ਪੱਖ ਤੁਹਾਨੂੰ ਦਿਖਾ ਤਾ ਵੀਰ ਹੋਣਾ ਦਾ, ਔਰ ਡੈਰੀ ਵਾਲਿਆਂ ਦਾ ਵਰਜ਼ਨ, ਉਹਨਾਂ ਨੇ ਇਹ ਕਰਤੂਤ ਕਿਉਂ ਕੀਤੀ ਆ, ਇਹ ਵੀ ਇਹਨਾਂ ਤੋਂ ਜਾਣਾਂਗੇ। ਸ਼ੇਰਾ ਜੀ ਕਰੋ, ਇਹਦਾ ਕੀ ਕਰਨਾ ਵਿਚਾਰੇ ਦੇ, ਪਰ ਪਸ਼ੂ ਦੇ ਤਾਂ ਲਹੂ ਬਹੁਤ ਨਿਕਲ ਲਿਆ ਵਾ, ਦੇਖ ਸਕਦੇ ਹੋ ਤਾਂ ਖੋੜ ਪੈ ਗਈ, ਟੋਆ ਪਿਆ ਹੋਇਆ, ਇੱਕ ਤਰ੍ਹਾਂ ਦੇ ਦੰਦ ਬਹੁਤ ਡੂੰਘੇ ਖੋਬੇ ਹੋਏ ਆ, ਕਿੰਨਾ ਸਹਿਮੇ ਹੋਇਆ, ਦੇਖੋ ਜਿੱਦਾਂ ਉਹ ਸਾਹ ਲੈ ਰਿਹਾ, ਬਲੱਡ ਬਾਹਰ ਆ ਰਿਹਾ। ਤਸਵੀਰਾਂ ਦੇ ਵਿੱਚ ਦਿਖਾ ਨਹੀਂ ਸਕਦੇ ਤੁਹਾਨੂੰ ਬਲੱਡ, ਦੇਖ ਸਕਦੇ ਹੋ ਕਿੱਦਾਂ ਦੇ ਹਾਲਾਤ ਨੇ। ਆਪਾਂ ਆਪਣੇ ਘਰਾਂ ਦੇ ਵਿੱਚ ਰਜਾਈ 'ਚ ਸੁੱਤੇ, ਆਪਣੇ ਬੱਚਿਆਂ ਨੂੰ ਜੱਫੀਆਂ ਪਾ ਕੇ, ਇਹ ਵੀ ਕਿਸੇ ਮਾਂ ਦਾ ਬੱਚਾ ਹੈ। ਅੱਧੀ ਰਾਤ ਨੂੰ 20 ਵਾਰ ਗੇਟ ਖੜਕਾ ਲਿਆ ਇਹਨਾਂ ਨੇ, ਪਰ ਡੈਰੀ ਵਾਲਿਆਂ ਦੇ ਕੰਨਾਂ 'ਤੇ ਜੂਨੀ ਸਰਕੀ, ਹਜੇ ਤੱਕ ਵੀ ਇਹਨਾਂ ਨੇ ਗੇਟ ਨਹੀਂ ਖੋਲ੍ਹਿਆ। ਬਸ਼ਰਮ ਹੋ ਕੇ ਅੰਦਰ ਪਏ ਨੇ ਕਿ ਜਿਵੇਂ ਕਿ ਦਿਖਦਾ ਪਿਆ ਵਾ। ਇੱਕ ਵਾਰ ਡੈਰੀ 'ਚ ਸਾਹਮਣੇ ਬੰਦੇ ਦਿਖਾਈ ਵੀ ਦੇ ਰਹੇ ਆ, ਜਿਵੇਂ ਸ਼ੇਰਾ ਜੀ ਕਹਿ ਰਹੇ ਨੇ, ਸਾਹਮਣੇ ਬੰਦੇ ਪਏ ਨੇ, ਕੋਈ ਖੋਲ੍ਹ ਰਿਹਾ। ਅਗਰ ਸਵੇਰੇ ਕੋਈ ਕਾਰਵਾਈ ਹੋਏਗੀ ਤਾਂ ਇਹਨਾਂ ਦੀ ਜਵਾਬਦੇਹੀ ਇਹਨਾਂ ਦੀ ਹੋਏਗੀ, ਡੈਰੀ ਮਾਲਕ ਦੀ ਹੋਰ ਇਹਨਾਂ ਦੀ। ਕਿੱਡੀ ਵੱਡੀ ਨਲੈਕੀ ਆ, ਹੁਣ ਵੀ ਪਸ਼ੂ ਨੂੰ ਚੱਕ ਕੇ ਗੇਟ ਡੈਰੀ ਖੋਲ੍ਹਣ ਔਰ ਅੰਦਰ ਪਾ ਲੈਣ। ਉਹ ਗੇਟ ਖੋਲ੍ਹੋ ਯਾਰ, ਕਹਿ ਮਾਰ ਜਾ। ਹੈਲੋ ਹੈਲੋ, ਉਹ ਬੱਚਾ ਅੰਦਰ ਕਰੋ ਯਾਰ। ਤੁਹਾਡੇ ਬੱਚੇ ਨੂੰ ਕੁੱਤੇ ਪਏ ਹੋਏ ਨੇ, ਦੱਸੋ। ਆ ਦੇਖ ਸਕਦੇ ਹੋ ਦੋਨੇ ਬੜੇ ਭਰਾ ਅੱਧੀ ਰਾਤ ਨੂੰ ਆਵਾਜ਼ ਮਾਰ ਕੇ ਡੈਰੀ ਵਾਲੇ ਨੂੰ ਅਗਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਤਰੀਕੇ ਬੱਚਾ ਅੰਦਰ ਪਾ ਲੈਣ। ਕੁੱਤੇ ਖਾ ਗਏ ਨੇ, ਪਰ ਇਹ ਬਸ਼ਰਮ, ਐਡੇ ਲੋਕ ਨੇ, ਗੱਲਾਂ ਸੁਣੀ ਜਾਂਦੇ ਨੇ ਪਰ ਹਜੇ ਬਾਹਰ ਨਹੀਂ ਆਏ। ਸਮਾਂ, ਤਸਵੀਰਾਂ, ਬਿਲਕੁਲ ਐਵੀਡੈਂਸ ਬਣਾਉਣ ਦੀ ਵਜ੍ਹਾ ਇਹੀ ਹੈ ਕਿਉਂਕਿ ਅੱਜ ਕੱਲ੍ਹ ਹਾਲਾਤ ਬਹੁਤ ਖਰਾਬ ਨੇ, ਲੋਕ ਗੱਲ ਕਿਤੇ ਦੀ ਕਿਤੇ ਘੁਮਾ ਦਿੰਦੇ ਨੇ। ਬੰਦਾ ਦੇਖਦਾ ਪਿਆ ਵਾ, ਸ਼ੇਰੇ ਦੇਖਿਆ ਸੀਗਾ, ਫਿਰ ਹੈਲੋ ਪੈ ਗਿਆ, ਦੇਖਦੇ ਆ ਪੈ ਰਹੇ ਨੇ ਹਨਾ। ਇਸ ਟਾਈਮ ਬੱਚੇ ਨੂੰ ਅੰਦਰ ਕਰ ਲਓ, ਉਹ ਬੱਚਾ ਅੰਦਰ ਕਰ ਲਓ, ਓਏ ਬੱਚਾ ਅੰਦਰ ਕਰ ਲਓ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਹੈਲੋ ਸਾਹਮਣੇ ਆ ਰਹੀਆਂ ਨੇ। ਇੱਕ ਪਾਸੇ ਐਨੀਮਲ ਸੰਸਥਾਵਾਂ, ਲੋਕੀ ਪਿਆਰ ਕਰਨ ਵਾਲੇ ਜਾਨਵਰਾਂ ਨੂੰ ਉੱਠਿਆ, ਦੇਖਦੇ ਆ ਸੰਸਥਾ ਕੀ ਕਾਰਵਾਈ ਕਰਦੀ ਆ। ਇਨਸਾਨੀਅਤ ਦੇ ਨਾਤੇ ਇਹਨਾਂ ਨੇ ਆਪਣਾ ਫਰਜ਼ ਨਿਭਾਇਆ, ਪਰ ਡੈਰੀ ਵਾਲੇ ਦੇਖ ਰਹੇ ਨੇ, ਪਰ ਹਜੇ ਵੀ ਕਹਿੰਦੇ ਉਹ ਗੇਟ ਨਹੀਂ ਖੁੱਲ੍ਹ ਕੇ ਬਾਹਰ ਨਹੀਂ ਆ ਰਹੇ। ਅਸੀਂ ਵੀ ਸਮਝਦੇ ਹਾਂ ਕਿ ਸਮੇਂ ਹਾਲਾਤ ਬਹੁਤ ਖਰਾਬ ਨੇ। ਕੁੱਤਾ ਵੀ ਆ ਦਿਖਾ ਸਕਦੇ ਹਾਂ ਮੌਕੇ ਦੇ ਉੱਤੇ, ਆਹ ਦੇਖੋ ਕਾਲੇ ਰੰਗ ਦਾ ਕੁੱਤਾ ਫਿਰ ਉੱਥੇ ਘੁੰਮਦਾ ਹੋਇਆ, ਉਸ ਦੋ ਤਿੰਨ ਕੁੱਤੇ ਦੀਆਂ ਅੱਖਾਂ ਚਮਕਦੀਆਂ ਹੋਈਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ, ਔਰ ਮਰਨ ਕਿਨਾਰੇ ਇਹ ਬੱਚਾ
ਵੀ ਆਹ ਕਿਤੇ ਨਾ ਕਿਤੇ ਅਗਰ ਵੀਰ ਹੋਣੀ ਮੌਕੇ 'ਤੇ ਨਾ ਆਉਂਦੇ ਤਾਂ ਹੋ ਸਕਦਾ ਸਵੇਰ ਨੂੰ ਇਹਦੀ ਡੈੱਡ ਬੋਡੀ ਹੀ ਆਪਾਂ ਨੂੰ ਮਿਲਦੀ। ਕਿਤੇ ਨਾ ਕਿਤੇ ਕੁੱਤੇ ਹਜੇ ਵੀ ਤਾਕ ਦੇ ਵਿੱਚ ਨੇ ਤਾਂ ਕਿ ਇਸ ਜਾਨਵਰ ਨੂੰ ਪਾੜ ਕੇ ਖਾਇਆ ਜਾ ਸਕੇ। ਹਨੇਰਾ ਹੋਣ ਕਰਕੇ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਫ਼ ਨਹੀਂ ਦਿਖਾਈ ਦੇ ਰਿਹਾ, ਪਰ ਕਿਤੇ ਨਾ ਕਿਤੇ ਮੁੱਦਾ ਬਹੁਤ ਵੱਡਾ, ਵਿਸ਼ਾ ਬਹੁਤ ਵੱਡਾ, ਇਨਸਾਨੀਅਤ ਖਤਮ ਹੁੰਦੀ ਜਾ ਰਹੀ ਆ ਆਪਣੀਆਂ ਡੈਰੀਆਂ ਦੇ ਵਿੱਚ ਜਿੱਥੇ ਇਹ ਲੋਕ ਪਏ ਨੇ, ਲੋਕ ਆਪਣੇ ਘਰਾਂ ਦੇ ਵਿੱਚ ਤਾਲੇ ਲਗਾ ਕੇ ਬੱਚਿਆਂ ਨਾਲ ਰਜਾਈਆਂ 'ਚ ਪਏ ਨੇ, ਪਰ ਇਨਸਾਨੀਅਤ ਇਸ ਵੀਰਾਂ ਨੇ ਕਿਤੇ ਨਾ ਕਿਤੇ ਦਿਖਾਈ ਆ। ਲਗਾਤਾਰ ਇਕਬਾਲ ਨਗਰ ਦੇ ਵਾਸੀ ਨੇ ਔਰ ਹਰ ਮੁੱਦੇ ਦੇ ਉੱਤੇ ਜਦੋਂ ਕਿਸੇ ਨਾਲ ਵਧੀਕੀ ਹੁੰਦੀ ਆ ਕਿਤੇ ਨਾ ਕਿਤੇ ਇਨਸਾਨੀਅਤ ਦੇ ਨਾਤੇ ਪਹਿਰਾ ਦਿੰਦੇ ਆ ਰਹੇ ਨੇ। ਬੜਾ ਵੱਡਾ ਸਿਦਕਾ, ਬੜਾ ਵੱਡਾ ਸਿਜਦਾ ਇਹਨਾਂ ਵੀਰਾਂ ਨੂੰ ਕਿ ਅੱਧੀ ਰਾਤ ਨੂੰ ਉੱਠ ਕੇ ਆਏ ਨੇ। ਮੈਂ ਅਸੀਂ ਵੀ ਇਹਨਾਂ ਦਾ ਲਾਈਵ ਦੇਖ ਕੇ ਹੀ ਆਏ ਹਾਂ ਤਸਵੀਰਾਂ ਦੇ ਵਿੱਚ, ਬਾਕੀ ਦੇਖਦੇ ਹਾਂ ਸਵੇਰ ਨੂੰ ਇਸ 'ਤੇ ਕੀ ਇਹਨਾਂ ਡੈਰੀ ਮਾਲਕਾਂ ਦਾ ਕਹਿਣਾ ਵਾ, ਅਤੇ ਜਿਹੜਾ ਆਵਾਰਾ ਕੁੱਤਿਆਂ ਤੋਂ ਇਸ ਪਸ਼ੂ ਨੂੰ ਬਚਾ ਕੇ ਲੈ ਕੇ ਚੱਲੇ ਨੇ। ਕੋਸ਼ਿਸ਼ ਹੋਏਗੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਵੀ ਸਬਕ ਮਿਲ ਸਕੇ, ਪਰ ਜਿਨ੍ਹਾਂ ਦੀ ਜਵਾਬਦੇਹੀ ਬਣਦੀ ਹੈ ਜਵਾਬ ਉਹਨਾਂ ਦਾ ਵੀ ਦੇਣਾ ਬਣਦਾ ਵਾ। ਸਵੇਰੇ ਜਵਾਬ ਔਨ ਰਿਕਾਰਡ ਕੈਮਰੇ ਦੇ ਉੱਤੇ ਲਵਾਂਗੇ ਉਹਨਾਂ ਕੋਲੋਂ। ਧੰਨਵਾਦ।